ਬਾਬਾ ਜੀ ਜੋ ਇੱਥੇ ਜੋੜ ਮੇਲਾ ਮਨਾਇਆ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਆਗਮਨ ਗੁਰਪੁਰਬ, ਅਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਿੰਡ ਲੰਮੇ ਜੜਪੁਰੇ ਵਿਖੇ ਚਰਨ ਪਾਉਣ ਦੀ ਖੁਸ਼ੀ ਵਿੱਚ ਹਰ ਸਾਲ ਸਾਲਾਨਾ ਜੋੜ ਮੇਲਾ ਇੱਥੇ ਮਨਾਇਆ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਆ ਕੇ ਗੁਰੂ ਸਾਹਿਬ ਇਹ ਲੰਮੇ ਜੜਪੁਰੇ ਨਗਰ ਵਿੱਚ 21 ਦਿਨ ਠਹਿਰੇ ਸਨ, ਅਤੇ ਇੱਥੇ ਹੀ ਗੁਰੂ ਸਾਹਿਬ ਨੇ ਆਪਣੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਮੰਗਾ ਕੇ ਕਾਹੀ ਦਾ ਬੂਟਾ ਪੁੱਟ ਕੇ ਮੁਗਲਾਂ ਦੇ ਜ਼ੁਲਮ ਰਾਤ ਦੀ ਜੜ ਪੁੱਟੀ ਸੀ। ਇਹ ਇਤਿਹਾਸਕ ਸਥਾਨ ਗੁਰਦੁਆਰਾ ਗੁਰੂ ਸਾਹਿਬ ਪੰਜਵਾਣਾ ਸਾਹਿਬ ਪਾਤਸ਼ਾਹੀ ਦਸਵੀਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਗਰਾਉਂ ਤਹਿਸੀਲ 'ਚ ਪੈਂਦਾ ਹੈ। ਇਹ ਮਹਾਨ ਅਸਥਾਨ ਆ ਸਤਿਗੁਰੂ ਗੁਰੂ ਮਹਾਰਾਜ ਸਾਹਿਬ ਜੀ ਦਾ। ਇੱਥੇ ਹਰ ਸਾਲ 18, 19, 20 ਜਨਵਰੀ ਅਤੇ 5, 6, 7 ਮਾਘ ਨੂੰ ਗੁਰੂ ਮਹਾਰਾਜ ਸਾਹਿਬ ਜੀ ਦਾ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ। 18 ਜਨਵਰੀ, 5 ਮਾਘ ਨੂੰ ਨਗਰ ਕੀਰਤਨ ਹੁੰਦਾ ਹੈ, ਅਤੇ 19 ਜਨਵਰੀ, 6 ਮਾਘ ਦੀਵਾਨ ਸਜਦੇ ਹੈ, ਫਿਰ 7 ਮਾਘ, 20 ਜਨਵਰੀ ਨੂੰ ਅਖੰਡ ਪਾਠਾਂ ਦੇ ਭੋਗ ਪੈਂਦੇ ਹਨ, ਉਪਰੰਤ ਇਹ ਦੀਵਾਨ ਸਜਦੇ ਹੈ, ਕਥਾ ਕੀਰਤਨ ਹੁੰਦੇ ਹੈ, ਢਾਡੀ ਦਰਬਾਰ ਹੁੰਦੇ ਹੈ। ਇਹ ਮਹਾਨ ਸਤਿਗੁਰਾਂ ਦਾ ਜੋੜ ਮੇਲਾ ਇਸ ਨਗਰ ਵਿੱਚ ਲੰਮੇ ਜੜਪੁਰੇ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ, ਨਗਰ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ ਰਲ ਮਿਲ ਕੇ ਗੁਰੂ ਮਹਾਰਾਜ ਸਾਹਿਬ ਜੀ ਦਾ ਜੋੜ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀਆਂ ਹਨ। ਇਸ ਅਸਥਾਨ ਦੇ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਪ੍ਰਸਿੱਧ ਮਹਾਂਪੁਰਸ਼ ਸੰਤ ਬਾਬਾ ਸੁੰਦਰ ਸਿੰਘ ਜੀ, ਬ੍ਰਹਿਮ ਗਿਆਨੀ ਤਤ ਬੇਤੇ ਭਿੰਡਰਾਂ ਵਾਲਿਆਂ ਤੋਂ ਬਰੋਸਾਏ ਹੋਏ ਸੰਤ ਬਾਬਾ ਜੈਬ ਸਿੰਘ ਜੀ ਬੁੱਪਾ ਰਾਏ ਕਲਾਂ ਵਾਲੇ, ਬਹੁਤ ਲੰਮਾ ਸਮਾਂ ਉਹਨਾਂ ਨੇ ਇਸ ਸਥਾਨ 'ਤੇ ਸੇਵਾ ਕੀਤੀ, ਇਲਾਕੇ ਸੇਵਾ ਕਰਾਈ, ਅਤੇ 1988 ਦੇ ਵਿੱਚ ਉਹ ਸੱਚਖੰਡ ਪਿਆਨਾ ਕਰ ਗਏ ਸਨ। ਉਸ ਤੋਂ ਬਾਅਦ ਇਸ ਅਸਥਾਨ ਦੀ ਜ਼ਿੰਮੇਵਾਰੀ ਸੇਵਾ ਸੰਭਾਲ ਦੀ ਦਾਸ ਬਲਵੀਰ ਸਿੰਘ ਹੁਣਾਂ ਨੂੰ ਸੌਂਪੀ ਸੀ। ਇਹ ਕਰਕੇ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਅਸਥਾਨ 'ਤੇ ਸੇਵਾ ਬਤੌਰ ਮੁੱਖ ਸੇਵਾਦਾਰ ਹੋਣ ਦੇ ਨਾਤੇ ਦਾਸ ਗੁਰੂ ਦੀ ਕਿਰਪਾ ਨਾਲ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।